ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਅਕੈਡਮੀ ਤੁਹਾਡਾ ਸਵਾਗਤ ਹੈ। ਮੈਂ ਅਪਿੰਦਰ ਸਿੰਘ ਤੁਹਾਡਾ ਦੋਸਤ ਅਤੇ ਹੋਸ਼ ਹੈ। ਤੁਹਾਡੇ ਲਈ ਮੇਜਰ ਅਪਡੇਟ ਲੈ ਕੇ ਆਇਆ। ਇਹ ਅਪਡੇਟ ਦਿੱਤੀ ਗਈ ਹੈ ਡਾਇਰੈਕਟਰ ਹੰਸਲ ਮਹਿਤਾ ਵੱਲੋਂ। ਜੀ ਹਾਂ ਦੋਸਤੋ, ਹੰਸਲ ਮਹਿਤਾ ਜੀ ਇੱਕ ਨਵੀਂ ਬਾਲੀਵੁੱਡ ਮੂਵੀ ਡਾਇਰੈਕਟ ਕਰਨ ਜਾ ਰਹੇ ਹਨ, ਜਿਸਦਾ ਟਾਈਟਲ ਹੈ ਤੁਰਮ ਖਾਨ, ਜਿਹਦੇ ਵਿੱਚ ਸਾਨੂੰ ਲੀਡ ਰੋਲ ਵਿੱਚ ਨਜ਼ਰ ਆਉਣਗੇ ਦੀ ਮੋਸਟ ਟੈਲੈਂਟਡ ਐਕਟਰ ਰਾਜ ਕੁਮਾਰ ਰਾਓ ਅਤੇ ਨੁਸਰਤ ਬਰੂਚਾ ਜੀ। ਜੀ ਹਾਂ ਦੋਸਤੋ, ਨੁਸਰਤ ਬਰੂਚਾ ਅਤੇ ਰਾਜ ਕੁਮਾਰ ਰਾਓ ਜੀ ਨਵੀਂ ਬਾਲੀਵੁੱਡ ਮੂਵੀ 'ਚ ਆ ਰਹੇ ਹਨ, ਜਿਸਦਾ ਨਾਮ ਹੈ ਤੁਰਮ ਖਾਨ, ਜੋ ਕਿ 31 ਜਨਵਰੀ 2020 ਨੂੰ ਰਿਲੀਜ਼ ਕਰ ਦਿੱਤੀ ਜਾਏਗੀ, ਜਿਸ ਨੂੰ ਪ੍ਰੋਡਿਊਸ ਕਰ ਰਹੇ ਹਨ ਅਜੇ ਦੇਵਗਨ ਜੀ ਅਤੇ ਲਵ ਰੰਜਨ ਜੀ। ਇਹ ਫਿਲਮ ਜੋ ਹੈ ਉਹ ਸੋਸ਼ਲ ਕਮੇਡੀ ਫਿਲਮ ਹੈ ਅਤੇ ਇਹ ਜੋ ਹੈ ਯੂਪੀ ਦੇ ਕਿਸੇ ਪਿੰਡ ਦੇ ਬੇਸ 'ਤੇ ਇੱਕ ਸਟੋਰੀ ਬਣਾਈ ਗਈ ਹੈ, ਜੋ ਕਿ ਬਹੁਤ ਹੀ ਵਧੀਆ ਸਟੋਰੀ ਹੋਏਗੀ। ਸੋ ਦੋਸਤੋ, ਇਹ ਸੀ ਅੱਜ ਦੀ ਅਪਡੇਟ। ਤੁਹਾਨੂੰ ਹੀ ਅਪਡੇਟ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨਾਂ ਵਿੱਚ ਜ਼ਰੂਰ ਦੱਸਿਓ, ਅਤੇ ਕੌਣ ਕੌਣ ਰਾਜ ਕੁਮਾਰ ਰਾਓ ਅਤੇ ਨੁਸਰਤ ਬਰੂਜਾ ਜੀ ਦੀ ਇਸ ਵਧੀਆ ਜੋੜੀ ਦੀ ਇੰਤਜ਼ਾਰ ਕਰ ਰਿਹਾ ਹੈ, ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ। ਅਤੇ ਸਾਡੇ ਚੈਨਲ ਨਾਲ ਬਣੇ ਰਹਿਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਜੋ ਤੁਹਾਨੂੰ ਬੋਲੀਵੁੱਡ ਅਤੇ ਬਾਲੀਵੁੱਡ ਦੀਆਂ ਸਾਰੀਆਂ ਲੇਟੈਸਟ ਅਪਡੇਟਸ ਮਿਲਦੀਆਂ ਰਹਿਣ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।